ਸਾਬਕਾ ਕੇਂਦਰੀ ਮੰਤਰੀ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਹਾਜ਼ਰੀ ਭਰੀ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਅਣਦੇਖੀ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਹਰ ਕਦਮ ਤੇ ਕਿਸਾਨਾਂ ਨਾਲ ਖੜੀ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਵਾਪਸ ਲਿਆ ਜਾਏ। ਮੰਤਰੀ ਜਮਾਈ ਫੇਲ ਹੈਗਾ, ਇਹਦੇ ਥੱਲੇ ਸਾਨੂੰ ਵੋਟ ਨਹੀਂ ਪੈਂਦੀ ਤੇ ਮੁੱਖ ਮੰਤਰੀ ਨੇ ਜਾ ਕੇ ਡੱਬਾ ਭਰ ਕੇ ਸਾਰੇ ਮੰਤਰੀਆਂ ਤੇ ਐਮਐਲਏਆਂ ਦੇ ਖਿਲਾਫ ਉਹਨਾਂ ਦੇ ਫਾਈਲਾਂ ਦਿਖਾਤੀਆਂ ਕਿ ਸਾਰੇ ਭ੍ਰਿਸ਼ਟ ਨੇ। ਆਹ ਭ੍ਰਿਸ਼ਟ ਕਰਪਸ਼ਨ ਵਾਲੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ, ਜਿਹਦੇ ਕਰਕੇ ਹਾਈ ਕਮਾਂਡ ਨੇ 18 ਪੁਆਇੰਟ ਬਣਾ ਕੇ ਕੈਪਟਨ ਸਾਹਿਬ ਨੂੰ ਦਿੱਤੇ ਕਿ 4 ਮਹੀਨੇ 'ਚ ਪੂਰੇ ਕਰੋ। ਆਪਣੀ ਹੀ ਹਾਈ ਕਮਾਂਡ ਆਪਣੇ ਮੁੱਖ ਮੰਤਰੀ ਨੂੰ ਫੇਲ ਬਣਾ ਰਹੀ ਹੈ, ਬਤਾ ਰਹੀ ਹੈ, ਅਤੇ ਆਪਣਾ ਹੀ ਮੁੱਖ ਮੰਤਰੀ ਆਪਣੇ ਐਮਐਲਏਆਂ ਨੂੰ ਆਪਣੇ ਮੰਤਰੀਆਂ ਨੂੰ ਭ੍ਰਿਸ਼ਟ ਦੱਸ ਰਿਹਾ ਹੈ। ਇਹ ਸਰਕਾਰ ਦਾ ਕਿਉਂਕਿ ਲੋਕਾਂ ਦੇ ਧਿਆਨ ਭਟਕਾਉਣ ਦੀ ਸਾਰੀ ਤਕਰੀਬਾਂ ਹੈਗੀਆਂ, ਕਦੇ ਪ੍ਰਧਾਨ ਬਦਲ ਦਿਉ, ਕਦੇ ਮੰਤਰੀ ਬਦਲ ਦਿਉ, ਇਹਨਾਂ ਸਾਰਿਆਂ ਨਾਲ ਲੋਕਾਂ ਦਾ ਕੀ ਭਲਾ ਹੋ ਰਿਹਾ।